ਖਨੌਰੀ ਬਾਰਡਰ 'ਤੇ ਜਾਨ ਗਵਾਉਣ ਵਾਲੇ ਕਰਨੈਲ ਸਿੰਘ ਦੀ ਜਿਹੜੀ ਕਿ ਮ੍ਰਿਤਕ ਦੇ ਉਹਨਾਂ ਦੇ ਪਿੰਡ ਅਰਨੋ ਪਹੁੰਚ ਚੁੱਕੀ ਸੀ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਰਿਵਾਰ ਦਾ ਕਿਸ ਤਰ੍ਹਾਂ ਦੇ ਨਾਲ ਰੋ ਰੋ ਕੇ ਬੁਰਾ ਹਾਲ ਹੈ ਉਹ ਹੋ ਰਿਹਾ। ਤਾਂ ਕਿਸਾਨ ਆਗੂ ਵੀ ਇੱਥੇ ਪਹੁੰਚੇ ਹੋਏ ਨੇ, ਸ਼ਰਧਾ ਦੇ ਫੁੱਲ ਭੇਟ ਕਰਕੇ ਮਾਣ ਸਨਮਾਨ ਦੇ ਨਾਲ ਉਹਨਾਂ ਦੇ ਅੰਤਿਮ ਸੰਸਕਾਰ ਹੈ ਕੀਤਾ ਜਾਣਾ। ਤਾਂ ਪਰਿਵਾਰ ਦਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਰੋ ਰੋ ਕੇ ਬੁਰਾ ਹਾਲ ਹੈ। ਅਤੇ ਤਿੰਨ ਕੁੜੀਆਂ ਨੇ ਸ਼ਹੀਦ ਕਿਸਾਨ ਮ੍ਰਿਤਕ ਕਰਨੈਲ ਸਿੰਘ ਦੀਆਂ, ਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਧਰਮ ਪਤਨੀ ਨੇ ਜਿਹੜੇ ਰੋ ਰੋ ਕੇ ਬੁਰਾ ਹਾਲ ਹੋ ਰਿਹਾ। ਤਾਂ ਬੇਹੱਦ ਭਾਵੁਕ ਤਸਵੀਰਾਂ ਨੇ। ਤਾਂ ਪਰਿਵਾਰ ਦੇ ਵਿੱਚ ਮਾਤਮ ਜਿਹੜਾ ਕਿ ਪਸਰਿਆ ਹੋਇਆ, ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਸਾਰਾ ਪਿੰਡ ਹੈ ਜਿਹੜਾ ਕਿ ਸਾਰੇ ਪਿੰਡ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ ਉਹ ਨਜ਼ਰ ਆ ਰਹੇ ਨੇ। ਤਾਂ ਜਿੱਥੇ ਉਹਨਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ, ਉੱਥੇ ਉਹਨਾਂ ਦੇ ਰਿਸ਼ਤੇਦਾਰ ਪਹੁੰਚੇ ਹੋਏ ਨੇ, ਪਿੰਡ ਵਾਲੇ ਪਹੁੰਚੇ ਹੋਏ ਨੇ, ਤਾਂ ਪਰਿਵਾਰ ਦਾ ਦੁੱਖ ਹੈ ਜਿਹੜਾ ਉਹ ਦੇਖਿਆ ਨਹੀਂ ਜਾਂਦਾ। ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਸ਼ਹੀਦ ਕਰਨੈਲ ਸਿੰਘ ਦੇ ਤਿੰਨ ਬੇਟੀਆਂ ਨੇ ਜਿਹੜੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਹੋ ਰਿਹਾ। ਤਾਂ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਦੇ ਅੱਥਰੂ ਰੁਕ ਰਹੇ, ਤਾਂ ਪਿੰਡ ਵਾਲਿਆਂ ਦੇ ਵੀ ਅੱਥਰੂ ਨਹੀਂ ਰੁਕ ਰਹੇ, ਤਾਂ ਅੰਤਿਮ ਦਰਸ਼ਨ ਨੇ ਜਿਹੜੇ ਕੀਤੇ ਜਾ ਰਹੇ ਨੇ। ਤਾਂ ਉਹਨਾਂ ਦੀ ਬੇਟੀ ਦੀਆਂ ਤਸਵੀਰਾਂ ਨੇ, ਤਾਂ ਬੇਹੱਦ ਭਾਵੁਕ ਕਰਦੀਆਂ ਤਸਵੀਰਾਂ। ਬਿਲਕੁਲ ਗੁੱਸਾ ਜਿਹੜਾ ਕਿ ਸਰਕਾਰਾਂ ਦੇ ਉੱਤੇ ਕੱਢਿਆ ਜਾ ਰਿਹਾ ਹੈ, ਤਾਂ ਬੇਹੱਦ ਭਾਵੁਕ ਕਰਦੀਆਂ ਨੇ ਤਸਵੀਰਾਂ। ਸਾਰੇ ਪਿੰਡ ਦਾ ਹੀ ਰੋ ਰੋ ਕੇ ਬੁਰਾ ਹਾਲ ਹੈ। ਤਾਂ ਉਹਨਾਂ ਦੀਆਂ ਕੁੜੀਆਂ ਬੇਟੀਆਂ ਦੀਆਂ ਤਸਵੀਰਾਂ ਨੇ, ਰੋ ਰੋ ਕੇ ਜਿਹੜਾ ਬੁਰਾ ਹਾਲ ਹੈ, ਤਾਂ ਦੁੱਖ ਹੈ ਜਿਹੜਾ ਕਿ ਪਰਿਵਾਰ ਦਾ ਦੇਖਿਆ ਨਹੀਂ ਜਾਂਦਾ। ਤਾਂ ਲਗਾਤਾਰ ਕਿਸਾਨੀ ਘੋਲ ਦੇ ਵਿੱਚ ਡਟੇ ਹੋਏ ਸੀਗੇ। ਤਾਂ ਸਰਕਾਰਾਂ ਦੇ ਉੱਤੇ ਗੁੱਸਾ ਜਿਹੜਾ ਕੱਢਿਆ ਜਾ ਰਿਹਾ ਪਰਿਵਾਰ ਦਾ, ਤਾਂ ਬੇਹੱਦ ਭਾਵੁਕ ਕਰਦੀਆਂ ਤਸਵੀਰਾਂ ਨੇ। ਕਿਸਾਨੀ ਘੋਲ 'ਚ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀਆਂ ਕਿ ਜਾਨਾਂ ਨੇ ਉਹ ਜਾ ਰਹੀਆਂ ਨੇ। ਇੱਕ ਪਾਸੇ ਕਿਸਾਨ ਬੋਰਡਰਾਂ ਉੱਤੇ ਡਟੇ ਹੋਏ ਨੇ, ਤਾਂ ਦੂਜੇ ਪਾਸੇ ਸ਼ਹੀਦ ਹੋਏ ਕਿਸਾਨਾਂ ਦਾ ਅੰਤਿਮ ਸੰਸਕਾਰ ਕੀਤੇ ਜਾ ਰਹੇ ਨੇ। ਤਾਂ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਹਾਲ ਹੈ, ਮਾਤਮ ਜਿਹੜਾ ਕਿ ਪਸਰਿਆ ਹੋਇਆ ਹੈ। ਤਾਂ ਕਿਸੇ ਦੇ ਵੀ ਜਿਹੜੇ ਅੱਥਰੂ ਨੇ ਨਹੀਂ ਰੁਕ ਰਹੇ, ਚਾਹੇ ਰਿਸ਼ਤੇਦਾਰ ਹੋਣ, ਬੇਟੀਆਂ ਹੋਣ ਜਾਂ ਫਿਰ ਪਿੰਡ ਵਾਲੇ ਹੋਣ, ਤਾਂ ਹਰ ਇੱਕ ਦੀਆਂ ਅੱਖਾਂ ਜਿਹੜੀਆਂ ਨੇ ਨਮ ਨਜ਼ਰ ਆ ਰਹੀਆਂ ਨੇ। ਤਾਂ ਉੱਧਰ ਸ਼ਹੀਦ ਕਰਨੈਲ ਸਿੰਘ ਦਾ ਅੰਤਿਮ ਜਿਹੜੇ ਕਿ ਦਰਸ਼ਨ ਨੇ ਉਹ ਕੀਤੇ ਜਾ ਰਹੇ ਨੇ। ਤਾਂ ਸ਼ਰਧਾਂਜਲੀ ਜਿਹੜੀ ਕਿ ਭੇਟ ਕੀਤੀ ਜਾ ਰਹੀ ਹੈ। ਤਾਂ ਅੰਤਿਮ ਦਰਸ਼ਨ ਕਰਕੇ ਕੁਝ ਹੀ ਦੇਰ ਦੇ ਵਿੱਚ ਮਾਣ ਸਨਮਾਨਾਂ ਨਾਲ ਸ਼ਹੀਦ ਕਰਨੈਲ ਸਿੰਘ ਦਾ ਅੰਤਿਮ ਸੰਸਕਾਰ ਹੈ ਕੀਤਾ ਜਾਣਾ। ਤਾਂ ਤਿੰਨ ਬੇਟੀਆਂ ਨੇ ਉਹਨਾਂ ਦੀਆਂ, ਤਿੰਨੋਂ ਬੇਟੀਆਂ ਦੇ ਅੱਥਰੂ ਨੇ ਜਿਹੜੇ ਨਹੀਂ ਰੁਕ ਰਹੇ, ਬੇਹੱਦ ਭਾਵੁਕ ਕਰਦੀਆਂ ਨੇ ਤਸਵੀਰਾਂ। ਹਰ ਇੱਕ ਦੀ ਅੱਖ ਹੈ ਜਿਹੜੀ ਕਿ ਉਹ ਨਮ ਨਜ਼ਰ ਆ ਰਹੀ ਹੈ। ਪਹਿਲੇ ਦਿਨ ਜਦੋਂ ਕਿਸਾਨ ਬੋਰਡਰਾਂ 'ਤੇ ਪਹੁੰਚਦੇ ਨੇ, ਤਾਂ ਉਦੋਂ ਵੀ ਅੱਥਰੂ ਗੈਸ ਦੇ ਗੋਲਿਆਂ ਦੇ ਵਿੱਚ ਖੜ੍ਹਦੇ ਨੇ, ਜ਼ਖਮੀ ਹੋ ਜਾਂਦੇ ਨੇ। ਤਾਂ ਉਸ ਤੋਂ ਬਾਅਦ ਫਿਰ ਜਦੋਂ ਦੂਸਰੀ ਵਾਰ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਤਾਂ ਉਦੋਂ ਵੀ ਅੱਥਰੂ ਗੈਸ ਦੇ ਗੋਲਿਆਂ ਨਾਲ ਜ਼ਖਮੀ ਹੁੰਦੇ ਨੇ। ਛਰਲਾ ਜਿਹੜਾ ਉਹਨਾਂ ਦੇ ਪੈਰ 'ਤੇ ਲੱਗਦਾ, ਉਹਨਾਂ ਦਾ ਪੈਰ ਅਤੇ ਸੱਟ ਲੱਗਣ ਦੇ ਬਾਅਦ ਜ਼ਖਮੀ ਹੋਣ ਦੇ ਬਾਵਜੂਦ ਵੀ ਘਰ ਨਹੀਂ ਪਰਤਦੇ, ਕਿਸਾਨੀ ਘੋਲ 'ਚ ਡਟੇ ਰਹਿੰਦੇ ਨੇ।
ਤਾਂ ਬੇਹੱਦ ਗਰੀਬ ਕਿਸਾਨ ਸੀਗੇ। ਇੱਕ ਤੁਹਾਨੂੰ ਤਸਵੀਰ ਇਹ ਵੀ ਦਿਖਾਉਣਾ ਚਾਹਾਂਗੇ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਦੂਜੇ ਪਾਸੇ ਕਿਸਾਨ ਦਾ ਘਰ ਤੁਸੀਂ ਦੇਖ ਸਕਦੇ ਹੋ। ਜੋ ਲੋਕ ਕਹਿੰਦੇ ਨੇ ਕਿ ਕਿਸਾਨ ਵੱਡੀਆਂ ਗੱਡੀਆਂ, ਮਹਿੰਗੀਆਂ ਕੋਠੀਆਂ, ਮਹਿੰਗੇ ਬੰਗਲਿਆਂ ਦੇ ਵਿੱਚ ਰਹਿੰਦੇ, ਲਗਜ਼ਰੀ ਲਾਈਫ ਜਿਉਂਦੇ ਨੇ, ਤਾਂ ਇਹ ਤਸਵੀਰਾਂ ਨੇ ਉਸ ਕਿਸਾਨ ਦੇ ਘਰ ਦੀਆਂ, ਹਾਲਾਤ ਖੁਦ ਬਿਆਨ ਕਰ ਰਹੇ ਨੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਕਿ ਤਸਵੀਰਾਂ ਨੇ। ਜੋ ਲੋਕ ਕਹਿੰਦੇ ਨੇ ਕਿ ਕਿਸਾਨ ਲਗਜ਼ਰੀ ਲਾਈਫ ਜਿਉਂਦੇ ਨੇ, ਵੱਡੀਆਂ ਵੱਡੀਆਂ ਕੋਠੀਆਂ 'ਚ ਰਹਿੰਦੇ ਨੇ, ਵੱਡੀਆਂ ਵੱਡੀਆਂ ਗੱਡੀਆਂ, ਤਾਂ ਇਹ ਘਰ ਹੈ। ਤਾਂ ਪਰਿਵਾਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਰੋ ਰੋ ਕੇ ਜਿਹੜਾ ਕਿ ਬੁਰਾ ਹਾਲ ਹੈ ਪਰਿਵਾਰ ਦਾ, ਅੱਥਰੂ ਹੈ ਜਿਹੜੇ ਨਹੀਂ ਰੁੱਕ ਰਹੇ, ਪੂਰੇ ਪਿੰਡ ਦੇ ਦੀਆਂ ਅੱਖਾਂ ਜਿਹੜੀਆਂ ਨੇ ਉਹ ਨਮ ਨਜ਼ਰ ਆ ਰਹੀਆਂ ਨੇ। ਤਾਂ ਅੰਤਿਮ ਦਰਸ਼ਨ ਕੀਤੇ ਜਾ ਰਹੇ ਨੇ ਸ਼ਹੀਦ ਕਰਨੈਲ ਸਿੰਘ ਦੇ, ਕਿਸਾਨ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਨੇ, ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ। ਤਾਂ ਕੁਝ ਹੀ ਦੇਰ ਦੇ ਵਿੱਚ ਮਾਨ ਸਨਮਾਨ ਦੇ ਨਾਲ ਸ਼ਹੀਦ ਕਰਨੈਲ ਸਿੰਘ ਦਾ ਅੰਤਿਮ ਸੰਸਕਾਰ ਹੈ ਜਿਹੜਾ ਕਿ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਣਾ ਹੈ। ਤਾਂ ਬੇਹੱਦ ਭਾਵੁਕ ਕਰਨ ਦੀਆਂ ਤਸਵੀਰਾਂ ਨੇ, ਘਰ ਦੇ ਵਿੱਚ ਮਾਤਮ ਪਰਸਿਆ ਹੋਇਆ, ਤਿੰਨ ਧੀਆਂ ਨੇ ਉਹਨਾਂ ਦੇ ਅੱਥਰੂ ਨਹੀਂ ਰੁੱਕ ਰਹੇ, ਪਿੰਡ ਵਾਲੇ ਦੇ ਅੱਥਰੂ ਨਹੀਂ ਰੁੱਕ ਰਹੇ, ਰਿਸ਼ਤੇਦਾਰ ਪਹੁੰਚੇ ਹੋਏ ਨੇ, ਹਰ ਇੱਕ ਦੀਆਂ ਅੱਖਾਂ ਜਿਹੜੀਆਂ ਨੇ ਉਹ ਨਮ ਨਜ਼ਰ ਆ ਰਹੀਆਂ ਨੇ। ਤਾਂ ਗੁੱਸਾ ਜਿਹੜਾ ਉਹ ਵੀ ਕੇਂਦਰ ਦੀ ਸਰਕਾਰ ਦੇ ਉੱਤੇ ਘੜਦੇ ਹੋਏ ਨਜ਼ਰ ਆ ਰਹੇ ਨੇ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਕਪਾਲ, ਦੈਨਿਕ ਸਵੇਰਾ, ਪਟਿਆਲਾ।